ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਸਾਖੀ ਦੇ ਪੁਰਬ ਦੀ ਵਿਸਾਖੀ ਗੁਰੂ ਨਾਨਕ ਨਾਮ ਲੇਵਾ ਨੂੰ ਲੱਖ ਲੱਖ ਵਧਾਈ ਦੇਣਾ ਕਿ ਅੱਜ ਦੇ ਦਿਨ ਦਸ ਪਿਤਾ ਦੇ ਇੱਕ ਐਸੀ ਫੂਕੀ ਸੀ ਕਿ ਜਿਸ ਖਾਲਸੇ ਨੇ ਜਦੋਂ ਵਕਤ ਪਿਆ ਤੇ ਜੋ ਕੁਰਬਾਨੀਆਂ ਦਿੱਤੀਆਂ ਉਹ ਆਪਣੇ ਸਾਹਮਣੇ ਨੇ ਕਿ ਜੇ ਬਦ ਬਦ ਪੈਣੇ ਪਏ ਜੇ ਖੁਦਵਾੜੀਆਂ ਪਈਆਂ ਜੇ ਆਰਿਆਂ ਨਾਲ ਚਿਲਵਾੜਾ ਪਿਆ ਤੇ ਖਾਲਸੇ ਨੇ ਸੀ ਨਹੀਂ ਕੀਤੀ ਨਹੀਂ ਛੱਡਿਆ ਲੇਕਿਨ ਸੱਚ ਦੀ ਆਵਾਜ਼ ਪਿੱਛੇ ਆਪਣੇ ਆਪ ਨੂੰ ਕੁਰਬਾਨ ਕਰ ਲਿਆ। ਦਸਮ ਪਿਤਾ ਜਿਹਨਾਂ ਨੂੰ ਸੰਤ ਸਿਪਾਹੀ ਵੀ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 50 ਸਾਲ ਦੀ ਉਮਰ ਚ ਜੇ ਉਹਨਾਂ ਦੀ ਗੱਲ ਕਰੀਏ ਕਿ ਸਮਝ ਨਹੀਂ ਆਉਂਦਾ ਕਿ ਤਿੰਨ ਜ਼ਬਾਨਾਂ ਚ ਉਹ ਸਰਮਾਇਆ ਲਿਖਤ ਦੇ ਰੂਪ ਵਿੱਚ ਕੌਮ ਨੂੰ ਦਿੱਤੇ ਚੰਗੇ ਚੰਗੇ ਵਿੱਚ ਕਿਤੇ ਕਵੀ ਗਾ ਕੇ ਕੰਪੀਟੀਸ਼ਨ ਕਰਾਣੇ ਕਿਤੇ ਦਸਤਾਰਾਂ ਦੇ ਪਿੱਟੀ ਕਰਾਣੇ ਹੋਲੇ ਮਹੱਲੇ ਦੇ ਅਨੰਦਪੁਰ ਫੌਜਾਂ ਚ ਜੋਸ਼ ਪਾ ਆਮ ਉਹਨਾਂ ਲੋਕਾਂ ਚ ਜਿਨ੍ਹਾਂ ਦੇ ਵਿੱਚ ਗੁਲਾਮੀ ਚੁੱਕੀ ਸੀ ਉਹਨਾਂ ਨੂੰ ਲੜਾਈ ਦੇ ਤਰੀਕੇ ਕੁਝਾ ਵੰਡ ਕੇ ਕੁਵਾਰੀ ਤੀਰ ਅੰਦਾਜ਼ੀ ਹੋਵੇ ਤਲਵਾਰਬਾਜ਼ੀ ਹੋਵੇ ਜੋਸ਼ ਭਰਤੀ ਕਰਨਾ ਔਰ ਫਿਰ ਔਰੰਗਜ਼ੇਬ ਵਰਗੇ ਜ਼ਾਲਮ ਬਾਦਸ਼ਾਹ ਜ਼ੁਲਮ ਦੇ ਖਿਲਾਫ ਇੱਕ ਐਸਾ ਜਹਾਦ ਖੜਾ ਕਰਨਾ ਕਿ ਜਿਹੜਾ ਜਹਾਦ ਮਨੁੱਖਤਾ ਵਾਸਤੇ ਹੋਵੇ ਸੱਚਾਈ ਵਾਸਤੇ ਹੋਵੇ ਹਿਊਮਨ ਰਾਈਟਸ ਵਾਸਤੇ ਹੋਵੇ। ਖਾਲਸਾ ਜੀ ਅੱਗੇ ਵੀ ਗੱਲ ਕਹੀ ਸੀ ਕਿ ਦਸਮ ਪਿਤਾ ਸਿਰਫ ਸ਼ਹੀਦ ਪਿਤਾ ਦੇ ਪੁੱਤਰ ਨਹੀਂ ਸਨ ਸ਼ਹੀਦ ਪੁੱਤਰਾਂ ਦੇ ਵੀ ਸਨ। ਉਹਨੇ ਇਸ ਕੌਮ ਪਿੱਛੇ ਸਰਬੰਸ ਮਾਰ ਦਿੱਤਾ। ਸਾਡਾ ਵੀ ਗੱਲ ਹੈ ਕਿ ਬੱਚੇ ਵੱਡੇ ਹੋਣ ਉਹਨਾਂ ਦੇ ਵਿਆਹ ਰਹੇ ਜੇ ਪੁੱਤਰ ਹੈ ਤੇ ਕਸ ਕੇ ਉਹਨਾਂ ਨੇ ਆਪਣੇ ਕਲਗੀਆਂ ਸਜਾਉਣ ਵਾਲੇ ਪੂਰੇ ਸਭ ਪਿੱਛੇ ਮੇਰੇ ਜੰਗ ਦੇ ਵਿੱਚ ਸ਼ਹੀਦ ਕਰਵਾਇਆ ਤੇ ਦੁੱਧ ਪੀਣ ਦੀ ਉਮਰ ਸੀ ਉਹਨਾਂ ਨੂੰ ਦੁਬਾਰਾ ਵੀ ਚੁਣਵਾ ਦਿੱਤਾ। ਕਦੀ ਸਰਹੰਦ ਦੇ ਦਰਸ਼ਨ ਕਰਨ ਤੇ ਅੱਜ ਵੀ ਉਹ ਗੁਰਦੁਆਰਾ ਸਾਹਿਬ ਜਦੋਂ ਕਰੇ ਤੇ ਆਪਣੇ ਆਪ ਅਥਰੂ ਵਗਦੇ ਸੀਨ ਜੇ ਦਾਦੀ ਛੰਡੇ ਆਪਣੇ ਨਿੱਕੇ ਨਿੱਕੇ ਪੋਤਿਆਂ ਨੂੰ ਲੈ ਕੇ ਬੈਠਦੀ ਹੈ ਔਰ ਉਹਨਾਂ ਨੂੰ ਸਿੱਖਿਆ ਦਿੰਦੀ ਹੈ ਅਸੀਂ ਇਮਤਿਹਾਨ ਦੀ ਕੜੀ ਤੁਹਾਡੇ ਤੇ ਉਮਰ ਨਹੀਂ ਹੈ ਤੁਹਾਡੀ ਲੇਕਿਨ ਜੋ ਆਪਣੇ ਦਾਦੇ ਆਪਣੇ ਪਿਤਾ ਦਾ ਜੋ ਵਚਨ ਹੈ ਉਸ ਪੂਰਾ ਨਿਭਾਇਆ ਨੇ ਉਸ ਬਾਦਸ਼ਾਹ ਦੀ ਈ ਮੰਨੀ ਦੁਬਾਰਾ ਵੀ ਪੂਰਾ ਮਜ਼ੂਰ ਲਿਆ ਲੇਕਿਨ ਗੁਰੂ ਦੇ ਪਿਆਰ ਦੇ ਲਗਾ ਦੇ ਨਾ ਉਸ ਨੂੰ ਪਿਆਰ ਦੇ ਉਤੋਂ ਦੀ 80,000 ਦਾ ਕੱਖ ਹੋਵੇ ਕੋਈ ਔਰ ਤੋਂ ਕੋਈ ਹਸਤਨਾਪੁਰ ਤੋਂ ਕੋਈ ਨੰਦੇੜ ਤੋਂ ਜਿਹੜੇ ਪੰਜ ਪਿਆਰੇ ਚੁਣੇ ਕੋਈ ਬਾਤ ਦੇ ਨਹੀਂ ਸਨ ਕੋਈ ਇੱਕ ਪ੍ਰਾਂਤ ਦੇ ਨਹੀਂ ਸਨ ਕੋਈ ਖੁੱਲੀ ਹੋਣ ਵਾਲੇ ਨਹੀਂ ਸਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗ੍ਰੰਥ ਸਾਹਿਬ ਦੀ ਦਰਜਾ ਜਾਤ ਪਾਤ ਤੋਂ ਉੱਤੇ ਹੋ ਊਚ ਨੀਚ ਤੋਂ ਉੱਠ ਕੇ ਅਮੀਰੀ ਗਰੀਬੀ ਤੋਂ ਉੱਚੇ ਉੱਠ ਕੇ ਬੱਚੇ ਉੱਠ ਕੇ ਸੱਚ ਕੀਤੀ ਦਸਮ ਪਿਤਾ ਨੇ ਉਸਦੇ ਸ਼ਹੀਦੀਆਂ ਦਾ ਸਿਲਸਿਲਾ ਗੁਰੂ ਪ੍ਰਵੇਸ਼ ਨਹੀਂ ਰਿਹਾ
ਜਿਵੇਂ ਮੈਂ ਤੁਹਾਨੂੰ ਨੇ ਕੀਤਾ ਜਦੋਂ ਆਪਣੀ ਅਰਦਾਸ ਰੋਜ਼ ਆ ਆਪਣੇ ਨਿਤਨੇਮ ਤੋਂ ਬਾਅਦ ਰਹੇ ਆ ਤੇ ਖੁਸ਼ੀ ਦੀ ਗੱਲ ਹੋਵੇ ਪਿਆ ਕਿਤੇ ਜੀਵਤ ਆ ਗਏ ਗੁਰੂ ਅੱਗੇ ਖਲੋ ਕੇ ਅਰਦਾਸ ਕਰਦੇ ਨਾ ਸ਼ਰਮ ਗਾ ਸਕਦੇ ਆ ਮਰਜ਼ੀ ਕੌਮ ਪਿਤਾ ਨੇ ਸਿਰਜੀ ਕਿ ਜਿਹਦੇ ਬੀਬੀਆਂ ਨੂੰ ਵੀ ਮੀਰ ਹੁੰਦੀ ਜਿਹਦੇ ਵਿੱਚ ਕੀਤੀ ਸੀ ਦੇ ਟੋਟੇ ਟੋਟੇ ਕੇ ਹਰ ਲੋਕ ਨੂੰ ਰਲ ਪਾਏ ਗਏ ਸਵਾ ਸਵਾ ਮਨ ਤੀਸਰ ਥਰੇ ਪਏ ਸ਼ਾਮੀ ਅਸਰ ਦੀ ਤੇ ਗੁਰੂ ਹਾਜ਼ਰ ਕਿ ਹੈ ਸੱਚੇ ਪਾ ਚਪੈ ਤੇ ਬਤੀਤ ਹੋਏ ਨੇ ਤੇ ਨਾਲ ਹੀ ਦਿਸ ਹੋਵੇ ਤੇ ਉਹਨਾਂ ਜ਼ਾਲਮ ਸ਼ਾ ਫੌਜ ਪਹਿਰਾ ਦਿੰਦੇ ਸਨ ਉਹਨਾਂ ਨੇ ਬਾਦਸ਼ਾਹ ਨੂੰ ਦਿੱਤਾ ਸਤੋਮ ਨਾਲ ਕਿੱਥੇ ਲਾਣ ਜਿਹਦਾ ਬੱਚੇ ਟੋਟੇ ਕਰਕੇ ਪਾਤਰੀ ਗੁਰੂ ਅੱਗੇ ਗੁਰੂ ਪਿਤਾ ਖਬਰ ਪਹੁੰਚਦੀ ਹੈ ਗੁਰੂ ਦੀ ਹਾਰ ਮੰਨਣ ਵਾਲੀ ਨਹੀਂ ਉਸ ਤੋਂ ਬਾਅਦ